ਦੇਖੋ ਜੀ, ਅੱਜ ਅਸੀਂ ਇੱਥੇ ਹਜ਼ਾਰਾਂ ਕਰੋੜ ਲਾ ਕੇ ਇਹਨੂੰ ਸਮਾਰਟ ਸਿਟੀ ਨੂੰ ਸਮਾਰਟ ਕੀਤਾ ਸੀ। 18 ਮਹੀਨੇ ਤੋਂ ਉੱਤੇ ਹੋ ਗਏ ਨੇ, 18 ਮਹੀਨੇ ਤੋਂ ਉੱਤੇ ਹੋ ਗਏ ਨੇ। ਅੱਜ ਤਾਂ ਜਦੋਂ ਮਤਲਬ ਦੇਖ ਕੇ ਮੈਂ ਪਾਰਲੀਮੈਂਟ ਸੈਸ਼ਨ ਤੋਂ ਕੱਲ੍ਹ ਆਇਆ ਅਤੇ ਮੈਂ ਕਿਹਾ ਦੇਖੀਏ ਹਾਲਾਤ ਕੀ ਨੇ। ਇਹ ਹਾਲਾਤ ਕੀਤੇ ਆ ਸਾਡੀ ਲੁਧਿਆਣੇ ਦੀ ਕਾਰਪੋਰੇਸ਼ਨ ਨੇ ਅਤੇ ਲੁਧਿਆਣੇ ਦੇ ਆਫਿਸਰ ਸਾਹਿਬਾਨ ਨੇ ਅਤੇ ਸਾਡੀ ਜਿਹੜੇ ਉਰੇ MLA ਸਾਹਿਬਾਨ ਨੇ ਉਹਨਾਂ ਦੇ ਮੈਂ ਉਹਨਾਂ ਨੂੰ ਥੋੜ੍ਹਾ ਦਿਖਾਉਣਾ ਚਾਹੁੰਦਾ ਵੀ ਇਹ ਲੁਧਿਆਣੇ ਦੀ ਐਂਟਰੀ ਆ। ਲੁਧਿਆਣਾ ਸ਼ੁਰੂ ਹੁੰਦਾ ਜਿੱਥੇ ਆ, ਦੇਖਿਓ ਜਰਾ ਵੀ ਇੱਥੇ ਕੀ ਲਿਖਿਆ ਏ। ਆ ਲੁਧਿਆਣਾ ਜੀ, ਜਿੱਥੋਂ ਤੁਸੀਂ ਬਿਲਕੁਲ ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹੋਸਪਿਟਲ ਮੂਹਰੇ ਜਦੋਂ ਐਂਟਰ ਕਰਦੇ ਹਾਂ ਆਪਾਂ, ਆ ਦੇਖੋ ਇਹ ਵੜਦੇ ਹੀ ਆ ਝਾੜ ਖੜ੍ਹੇ ਆ। ਇਹ ਹਾਲਾਤ ਆ ਲਵ ਲੁਧਿਆਣਾ, ਆ ਲਵ ਲੁਧਿਆਣਾ ਦੇਖੋ, ਇੱਥੇ ਹਾਲ ਦੇਖੋ ਕੀ ਆ। ਇੱਥੇ ਹਾਲ ਦੇਖੋ ਕੀ ਬੱਤਰ। ਇਹ ਇਹ ਸਮਾਰਟ ਸਿਟੀ ਦੀ ਸ਼ੁਰੂਆਤ ਆ, ਸ਼ੁਰੂਆਤ ਹੁੰਦੀ ਆ ਇੱਥੋਂ। ਇਹ ਹਾਲਾਤ ਦੇਖੋ ਕੀ ਇਹ ਬਣੇ ਹੋਏ ਨੇ। ਸਾਰੇ ਇੱਥੋਂ ਰੋਜ਼ ਇਹਨਾਂ ਦੇ ਅਫਸਰ ਸਾਹਿਬਾਨ, ਇਹਨਾਂ ਦੇ ਲੀਡਰ ਸਾਹਿਬਾਨ ਪੁਰਿਓਂ ਨਿੰਘਦੇ ਆ। ਇਹੋ ਜਿਹਾ ਹਾਲਾਤ ਤਾਂ ਕਦੇ ਸੋਚੇ ਨਹੀਂ ਸੀ। ਇਹ ਲੁਧਿਆਣਾ ਏ, ਇੱਥੇ ਇਹਨਾਂ ਨੇ ਸੈਲਫੀ ਪੁਆਇੰਟ ਬਣਾਇਆ ਅੱਗੇ, ਉਹਦੇ ਵੀ ਮੈਂ ਤੁਹਾਨੂੰ ਦੀਦਾਰ ਕਰਾਉਣਾ ਦਿਖਾਉਣਾ ਵੀ ਇੱਥੇ ਹਾਲ ਕੀ ਹੈ ਇਹਨਾਂ ਨੇ ਕੀਤਾ ਹੋਇਆ। ਦੇਖੋ ਤੇ ਦੋ ਬੱਚੇ ਵਿਚਾਰੇ ਹਜੇ ਵੀ, ਉਹ ਲੁਧਿਆਣਾ ਜਿੱਥੇ ਲਵ ਲੁਧਿਆਣਾ ਲਿਖਿਆ, ਹਜੇ ਵੀ ਦੋ ਬੱਚੇ ਉੱਥੇ ਵਿਚਾਰੇ ਫੋਟੋਆਂ ਖਿਚਾ ਰਹੇ ਆ ਵੀ ਚਲੋ। ਹਾਲ ਦੇਖੋ, ਹੁਣ 2 ਮਿੰਟ ਬਾਅਦ ਮੈਂ ਦੁਬਾਰਾ ਪੁਆਇੰਟ ਦਿਖਾਊਂਗਾ। 2 ਮਿੰਟ ਬਾਅਦ ਤੁਰਿਆ ਹੀ ਜਾ ਰਹੇ ਹਾਂ ਅਤੇ ਤੁਹਾਨੂੰ ਦੂਜਾ ਜੋ ਇਹ ਬਦਲਾਅ ਲਿਆਂਦਾ ਹੋਇਆ, ਦੂਜਾ ਬਦਲਾਅ ਤੁਹਾਨੂੰ ਦਿਖਾਉਣਾ। 2 ਮਿੰਟ 'ਚ ਦੁਬਾਰਾ ਮੇਰੇ ਨਾਲ ਜੁੜਿਓ ਜਰਾ। Subscribe to One India channel and never miss an update.